ਪੈਟਰੋਲ ਵੀ ਫੜਿਆ, ਪੈਟਰੋਲ ਵੀ ਸਾਰਾ ਚ ਫੜਿਆ। ਭਾਅ ਜੀ ਚਾਚੇ ਦੇ ਖੁਆਬ ਖਾਦੇ ਨੇ ਤੇ ਭੈਣ ਚੋਕਾ ਸਵਾਦ ਨਹੀਂ ਆ। ਅਸਲਾਮ ਵਾਲੇਕੁਮ, ਅੱਜ ਦਾ ਵਲੋਗ ਸ਼ੁਰੂ ਕਰਨੇ ਅਸੀਂ। ਅੱਲਾ ਪਾਕ ਸਭ ਨੂੰ ਖੁਸ਼ ਰੱਖੇ ਅਤੇ ਅਸੀਂ ਆ ਗਏ ਹਾਂ ਲਾਰੀਏ 'ਤੇ। ਚੈੱਕ ਕਰ ਸਕਦੇ ਹੋ ਆਵਾਮ ਜਾ ਰਹੀ ਹੈ ਅਤੇ ਅੱਜ ਦੀ ਵੀਡੀਓ ਸਟਾਰਟ ਕਰਨੇ ਹਾਂ। ਤੁਸੀਂ ਸਾਰੇ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ, ਸ਼ੇਅਰ ਅਤੇ ਅੱਜ ਦੀ ਵੀਡੀਓ ਸਟਾਰਟ ਕਰਨੇ ਹਾਂ, ਬੜੀ ਮਜ਼ੇਦਾਰ ਹੋਣੀ ਹੈ। ਲਓ ਜੀ ਅਸੀਂ ਆ ਗਏ ਹਾਂ ਸਿਆਲਕੋਟ ਪਾਰਕ ਦੇ ਕੋਲ। ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਤੁਸੀਂ ਛੇਵੀਂ ਮਰਿਆ ਮੈਂ ਤੇ ਸਾਡੇ ਲੋਕਾਂ ਨੂੰ ਭਾਅ ਜੀ ਸ਼ਰਮੋ ਜਾ ਹੀ ਨਹੀਂ ਆਇਆ। ਵੇਖੋ ਸਿੰਧਵਾਲ ਪਾਰਕ ਫੁੱਲ ਹੋਈ ਪਈ। ਹਾਂ ਜਾਣਾ ਲਾਰੀ ਅੱਡੇ ਨੂੰ, ਲਾਰੀ ਅੱਡੇ ਨੂੰ ਚੱਲਦੇ ਹਾਂ। ਐਮ ਪੀ ਵਾਲੇ ਖਲੋਤੇ ਨੇ ਕਿਤੇ ਚਲਾਨ ਨਾ ਕੱਟ ਕੇ ਮੋਬਾਇਲ ਫੜਿਆ। ਚੈੱਕ ਕਰ ਸਕਦੇ ਹੋ ਡੰਗਰ ਬੱਚੇ, ਤੇਲ ਤੂਲ ਦੀ ਮਾਲਿਸ਼ ਕਰਾਉਣੀ ਵੀ ਲੱਭ ਜਾਏਗਾ। ਡੰਗਰ ਬੱਚੇ ਫਿਰਦੇ ਨੇ ਕੋਈ ਭਾਅ ਜੀ ਸੜਕ ਦੇ ਉੱਤੇ ਸਿੱਧਾ ਰੋਡ ਦੇ ਹੈ। ਬਸ ਆ ਗਈ ਸਾਡੇ ਸੈਂਟਰ 'ਚ, ਹੁਣ ਖਿਲਾਰਾਂਗੇ ਇੱਥੇ ਹੀ। ਲਾਰੀ ਅੱਡਾ ਆ ਗਏ ਅਸੀਂ ਅੰਦਰ ਲਾਰੀ ਅੱਡੇ ਦੇ। ਬੁਲਾ ਡਰਾਈਵਰ ਨੇ ਰਾਤੀ ਇੱਕ ਬੰਦਾ ਫੁਟਕਦਾ ਫੁਟਕਦਾ ਭੱਜ ਗਿਆ ਅਤੇ ਬੁਲਾ ਡਰਾਈਵਰ ਨੇ ਰਾਤੀ ਇੱਕ ਪ੍ਰੋਟੋਕੋਲ ਜਾ ਰਿਹਾ ਅਫਸਰਾਂ ਦਾ। ਫਰੀ ਦਾ ਤੇਲ ਭਲਦਾ ਪਿਆ। ਲੱਗਦਾ ਕਿਤੇ ਲੰਮੇ ਬੰਦਿਆਂ ਨੂੰ ਫੜਨ ਚੱਲੇ ਨੇ। ਬੰਦਾ ਮਾਤੜ ਖਿਲਾ ਰਿਹਾ ਹੈ ਉਹਨਾਂ ਉੱਤੇ ਨਾਂਗੇ। ਇਹ ਸਾਡੀ ਮੋਟਰਸਾਈਕਲ ਦੇ ਉੱਤੇ ਹੈਲਮਟ ਪਿਆ, ਜੇ ਚੁੱਕ ਦਾਜ ਵੇਹਨੇ ਆ ਕਿ ਸਾਡੇ ਪਾਕਿਸਤਾਨ 'ਚ ਕਿੰਨੀ ਇਮਾਨਦਾਰੀ ਚੁੱਕਿਆ ਜਾਂਦਾ ਕਿ ਨਹੀਂ। ਅਤੇ ਮੇਨ ਲਾਰੀ ਅੱਡੇ 'ਚ ਅਸੀਂ ਖਲੋਤੇ ਹਾਂ। ਹਾਂ ਸਾਹਿਬ ਸਟਾਈਲ ਵਹਾ ਰਹੇ ਨੇ।
الحمدللہ ویڈیو نہیں بناؤ کچھ نہیں ہوتا ہم لوگ آپ کے پاس آئے اتنی دیر بعد تو ہمارے اور ہاں صاحب شرما دے رہے پہ بچے شرما دے رہے پہ کیا نام ہے دیکھیں گے ادھر آپ کے بھائی یہ ویڈیو بند کرو اور نہیں کچھ ہوتا کون سی کلاس میں پڑھتے ہو ادھر دیکھو اس کو بولو یار کون سی کلاس میں پڑھتے ہیں دسے گا میں نے ادھر دیکھو شرما بڑا ہاں صاحب کی گل ہے چھٹی کوئی نہیں چاچے ٹیسٹ کراؤ چاچا چاچا منڈے ٹیسٹ کراؤ اینے کدی کواب نہیں کھاتے یار جڑے پیپرا کلیجی نہیں ہوندا وہ ہی ہے چاچا کلیجی بھی پا کے دیں گھر دس کی تھے چاچا روٹی چاچا اج پیٹی تو نہیں پکا لی واقعی اوریجنل ہی کباب چاچے کباب کھا دے سواد نہیں آیا روٹی کھا لے رہن دے نہ کھا پیٹی چاچا کھواندا ہی پیا سواد کوئی چاچا کھلوتا روٹی کباب لا کے وہ بھی صحیح آندا کہ ڈیڑھ چلو 100 روپے چ بندہ رج جاندا باقی ہوٹلاں دے کتنے مزدور بندہ جاندا مزہ تو ہے نہیں کوئی منہ کا ٹیسٹ خراب ہو گیا چلو لسی پینے چل کے مزہ آنا چاہیے استاد جی لسی جی ساری لگ گئی سال صاحب لسی تو لگ گئی جی ہے نہیں ڈگتی یار نہیں رڑتی یار نہیں رڑتی لسی کا تو کام لگ گیا لاؤ تھی برا یار ساڈے ایڈی کہڑی گل ہے کی حال ہے
ਓ ਯਾਰ ਉਸਤਾਦ ਨਾ ਲੱਸੀ ਪਿਆਜ਼ ਜੂਸ ਪਲਾਓ ਜੋ ਆਂਦੇ ਨੇ ਉਹ ਪਲਾਓ ਓਏ ਹੁੰਦੀ ਯਾਰ ਵੀਡੀਓ ਬਸ ਚਾੜਨ ਵਾਸਤੇ ਫੇਸਬੁੱਕ ਤੇ ਭੈਣ ਦੀ ਬਸ ਚਾੜ ਚੜੀ ਹੁੰਦੀ ਹੈ ਤੁਹਾਡੇ ਚ ਭਰਾ ਲੱਭ ਜਾਂਦੇ ਨੇ ਸਾਨੂੰ ਸਪੋਰਟ ਕਰਨ ਵਾਸਤੇ ਆ ਗਿਆ ਜੇ ਭਾਈ ਜਾਨ ਆ ਗਿਆ ਵੀਡੀਓ ਵੇਖ ਮੇਰੀ ਤਾਂ ਰੁੜ ਗਈ ਜੇ ਪਰ ਤੁਹਾਡੀ ਭੱਜ ਗਈ ਜੇ ਲੋ ਪੜੋ ਬਿਸਮਿਲਾ ਅੱਲਾ ਦੇ ਨਾਂ ਦੇ ਲੱਸੀ ਆ ਰੁੜ ਗਈ ਮਾਜ਼ਰਤ ਹੈ ਕੰਮ ਲੱਗ ਗਿਆ ਸਾਨੂੰ ਚਾਚੂ ਹਰੀ ਖਲੋਤੇ ਨੇ ਭਾਅ ਜੀ ਇੱਥੇ ਤੇ ਰੋਡ ਦੇ ਇਸ ਟਾਈਮ ਤੁਸੀਂ ਚੈੱਕ ਕਰ ਸਕਦੇ ਹੋ 7 ਵਜੇ ਨੇ ਉਹਨਾਂ ਕਿੰਨਿਆਂ ਨੂੰ ਹੱਥ ਦਿੱਤਾ ਪਸੀਨੋ ਪਸੀਨ ਹੋਏ ਨੇ ਤੇ ਕਿਸੇ ਬੰਦੇ ਗੱਡੀ ਨਹੀਂ ਖਿਲਾ ਰਿਹਾ ਤੇ ਬਸ ਚਾਬੀ ਚਾਹੀਦੀ ਹੈ ਟੈਂਕੀ ਦਾ ਢੱਕਣਾ ਤਾਂ ਕਰਨਾ ਤੇ ਜਾਣਿਆ ਸੁੱਟ ਚਿੜੀ ਹੈ ਤੇ ਤੇਲ ਪਾ ਲੈਣਾ ਪੈਟਰੋਲ ਚਾਚੂ ਦੱਸੋ ਲੋਕਾਂ ਨੂੰ ਪੈਟਰੋਲ ਵੀ ਫੜਿਆ ਪੈਟਰੋਲ ਵੀ ਸਾਰਾ ਫੜਿਆ ਲੇਕਿਨ ਚਾਬੀ ਕੋਈ ਨਹੀਂ ਦੇ ਰਿਹਾ ਖੋਲਣ ਵਾਸਤੇ ਚਾਬੀ ਕੀ ਕੋਈ ਨੋਕ ਵਾਲੀ ਚੀਜ਼ ਵੀ ਨਹੀਂ ਦੇ ਰਿਹਾ ਤੇ ਚਾਬੀ ਘਿਰ ਗਈ ਸਿਰਫ ਟੈਂਕੀ ਦੇ ਢੱਕਣ ਦੀ ਹੋਰ ਕੁਛ ਨਹੀਂ ਚਾਚੂ ਜੀ ਸਾਡੇ ਲੋਕਾਂ ਚੋਂ ਜੀ ਖੁਦਾ ਭੁੱਲ ਗਿਆ ਯਾਰ ਅੱਜ ਦੇਖੋ ਨਾ ਤੁਸੀਂ ਮੈਨੂੰ ਦੋਗੇ ਜੋ ਸਕਿੰਟ ਵੀ ਨਹੀਂ ਲੱਗਣਾ ਜੇ ਨਾ ਉਹ ਮੈਂ ਤੁਹਾਨੂੰ ਵਾਪਸ ਦੇ ਦੇਣੀ ਹੈ ਮੇਰਾ ਕੰਮ ਉਹ ਤੋਂ ਮੈਂ ਵਾਪਸ ਖਰੋਟੇ ਜਾਣਾ ਹੈ ਖਰੋਟੇ ਸਹੀ ਤਾਂ ਇੱਥੇ ਹੀ ਕੋਈ ਅੱਲਾ ਪਾਕ ਤੁਹਾਨੂੰ ਤੰਦਰੁਸਤੀ ਦੇ ਜਨਾਬ ਤੁਹਾਡੀ ਬਹੁਤ ਵੱਡੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਬਜ਼ੁਰਗੋ ਤੁਸੀਂ ਸਾਡੇ ਬਜ਼ੁਰਗੋ ਸਾਡੀ ਤੁਹਾਡੀ ਖਿਦਮਤ ਕਰਨਾ ਸਾਡਾ ਫਰਜ਼ ਹੈ ਨੌਕਰਾ ਵੀ ਭਾਈ ਤੁਹਾਨੂੰ ਖਲੋਤੇ ਹੋ ਮੈਂ ਚਲੋ ਕੁਛ ਨੀ ਬੰਦੇ ਹੱਥ ਵਿਚ ਗੱਡੀ ਮੇਰੇ ਕੋਲ ਥੋੜਾ ਪਿੱਛੇ ਸਾਨੂੰ ਟੁਰਦਾ ਆ ਰਿਹਾ ਨਾ ਮੇਰੇ ਬੱਚਾ ਸੀ ਘਰ ਵਾਲੇ ਬ੍ਰੇਕ ਮਾਰੀ ਮੈਨੂੰ ਕਹਿੰਦਾ ਕੀ ਮਸਲਾ ਬਣਿਆ ਮੈਂ ਸਭ ਤੇਲ ਯਕੀਨ ਕਰੋ ਉਹਨੇ ਪੂਰੇ ਲੀਟਰ ਦੀ ਤੇਲ ਦੀ ਬੋਤਲ ਗੱਡੀ ਦੇ ਵਿੱਚ ਅੱਗੇ ਰੱਖੀ ਸੀ ਉਹਨੇ ਮੈਨੂੰ ਕਿਹਾ ਸਾਰੀ ਭਾ ਲਓ ਤੇ ਮੈਂ ਭੈਣ ਕਹਿੰਦਾ ਮੈਂ ਅਗਲੇ ਪੰਪ ਫਿਰ ਭਰਵਾ ਲਾਂਗਾ ਕਿਸੇ ਹੋਰ ਦੀ ਬਾਤ ਦੇਖੋ ਜੀ ਐਂਡੇ ਵੀ ਲੋਕ ਹੈ ਨਾ ਬਜ਼ੁਰਗ ਬਹੁਤ ਮਿਹਰਬਾਨੀ ਨਹੀਂ ਨਹੀਂ ਕੋਈ ਗੱਲ ਨਹੀਂ ਲੋਕੇ ਨਹੀਂ ਮੈਨੂੰ ਐਸ ਲਈ ਕਿ ਮੈਂ ਬਹੁਤ ਲੋਕਾਂ ਦੇ ਥੱਲੇ ਕੀਤੇ ਕਿ ਰੁਕ ਜਾ ਯਾਰ ਇਹ ਕੋਲ ਹੁੰਦੀ ਗੁਜ਼ਰਿਆ ਉਹਨੂੰ ਔਰ ਉਹਨੇ ਮੇਰੇ ਨਾਲ ਭਲਾ ਕੀਤਾ ਮੱਠੀ ਰੱਖੀ ਗੱਡੀ ਮੈਂ ਪਿੱਛੇ ਪਿੱਛੇ ਟੁਰਦਾ ਗਿਆ ਪੁੱਛਣੀ ਗੱਡੀ 'ਤੇ ਕਿ ਸ਼ਾਇਦ ਅੱਗੇ ਜਾ ਕੇ ਰੁਕ ਜਾ ਲੇਕਿਨ ਨਹੀਂ ਰੁਕਿਆ ਬਜ਼ੁਰਗ ਸਾਡੇ ਲੋਕ ਜਿਹੜੇ ਨਾਜ